ਬੰਦੂਕ ਦੇਖ ਕੇ ਵੀ ਨਹੀਂ ਡਰਿਆ ਸ਼ਖਸ। ਆ ਵੇਖੋ ਕਿਵੇਂ ਲੁਟੇਰਿਆਂ ਨੂੰ ਪੁਆਈਆਂ ਭਾਜਣਾ। ਲੁੱਟ ਕਰਨ ਆਏ ਲੁਟੇਰੇ ਮੁੜੇ ਖਾਲੀ ਹੱਥ। ਦੱਸ ਦੇ ਕਿ ਦੋ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਇਹ ਸ਼ਖਸ ਇੰਨਾ ਦਲੇਰ ਸੀ ਕਿ ਇਕੱਲਾ ਹੀ ਇਹਨਾਂ ਤੇ ਭਾਰੀ ਪੈ ਗਿਆ ਤੇ ਬੰਦੂਕ ਹੋਣ ਦੇ ਬਾਵਜੂਦ ਵੀ ਇਹਨਾਂ ਲੁਟੇਰਿਆਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੇ ਸ਼ਾਮ ਸਮੇਂ ਦੋ ਲੁਟੇਰੇ ਵੜਦੇ ਨੇ ਤੇ ਮਾਲਕ ਤੇ ਬੰਦੂਕ ਤਾਂ ਲੈਂਦੇ ਨੇ ਤੇ ਪੈਸੇ ਦੀ ਮੰਗ ਕਰਨ ਲੱਗ ਜਾਂਦੇ ਹੈ। ਪਰ ਇਹ ਸ਼ਖਸ ਇੰਨਾ ਦਲੇਰ ਸੀ ਕਿ ਬੰਦੂਕ ਵੇਖ ਕੇ ਵੀ ਨਹੀਂ ਡਰਦਾ, ਸਗੋਂ ਇਹਨਾਂ ਲੁਟੇਰਿਆਂ ਤੇ ਹੀ ਟੁੱਟ ਪੈਂਦਾ, ਜਿਸ ਕਾਰਨ ਇਹ ਪੁੱਠੇ ਪੈਰੀ ਵਾਪਸ ਭੱਜ ਲੈਂਦੇ ਨੇ ਤੇ ਇਹਨਾਂ ਦੀ ਲੁੱਟ ਨਾਕਾਮ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਬੈਠਾ ਸੀ ਤਾਂ ਦੋ ਨੌਜਵਾਨ ਮਨੀ ਐਕਸਚੇਂਜ ਕਰਨ ਲਈ ਦੁਕਾਨ ਦੇ ਵਿੱਚ ਆਉਂਦੇ ਨੇ ਤੇ ਪੈਸਾ ਐਕਸਚੇਂਜ ਕਰਵਾਉਣ ਦੇ ਬਹਾਨੇ ਉਹ ਅੰਦਰ ਵੜਦੇ ਨੇ ਤੇ ਇੱਕ ਨੌਜਵਾਨ ਆਪਣੀ ਜੇਬ ਦੇ ਵਿੱਚ ਹੱਥ ਪਾ ਕੇ ਬੰਦੂਕ ਕੱਢ ਲੈਂਦਾ ਤੇ ਉਸਦੇ ਵੱਲ ਧੰਨ ਦਿੰਦਾ। ਇਹ ਦੇਖ ਕੇ ਉਹ ਉੱਠਦਾ ਤੇ ਉਹਨਾਂ ਦੇ ਕੁਰਸੀ ਮਾਰਨ ਲੱਗਦਾ ਤਾਂ ਇਹ ਦੋਨੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਇਸ ਸ਼ਖਸ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਮੌਕੇ ਤੋਂ ਫਰਾਰ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਬੰਦੂਕ ਦੇਖ ਕੇ ਵੀ ਨਹੀਂ ਡਰਿਆ ਸ਼ਖਸ। ਆ ਵੇਖੋ ਕਿਵੇਂ ਲੁਟੇਰਿਆਂ ਨੂੰ ਪੁਆਈਆਂ ਭਾਜਣਾ। ਲੁੱਟ ਕਰਨ ਆਏ ਲੁਟੇਰੇ ਮੁੜੇ ਖਾਲੀ ਹੱਥ। ਦੱਸ ਦੇ ਕਿ ਦੋ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ, ਪਰ ਇਹ ਸ਼ਖਸ ਇੰਨਾ ਦਲੇਰ ਸੀ ਕਿ ਇਕੱਲਾ ਹੀ ਇਹਨਾਂ ਤੇ ਭਾਰੀ ਪੈ ਗਿਆ ਤੇ ਬੰਦੂਕ ਹੋਣ ਦੇ ਬਾਵਜੂਦ ਵੀ ਇਹਨਾਂ ਲੁਟੇਰਿਆਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਤੇ ਸ਼ਾਮ ਸਮੇਂ ਦੋ ਲੁਟੇਰੇ ਵੜਦੇ ਨੇ ਤੇ ਮਾਲਕ ਤੇ ਬੰਦੂਕ ਤਾਂ ਲੈਂਦੇ ਨੇ ਤੇ ਪੈਸੇ ਦੀ ਮੰਗ ਕਰਨ ਲੱਗ ਜਾਂਦੇ ਹੈ। ਪਰ ਇਹ ਸ਼ਖਸ ਇੰਨਾ ਦਲੇਰ ਸੀ ਕਿ ਬੰਦੂਕ ਵੇਖ ਕੇ ਵੀ ਨਹੀਂ ਡਰਦਾ, ਸਗੋਂ ਇਹਨਾਂ ਲੁਟੇਰਿਆਂ ਤੇ ਹੀ ਟੁੱਟ ਪੈਂਦਾ, ਜਿਸ ਕਾਰਨ ਇਹ ਪੁੱਠੇ ਪੈਰੀ ਵਾਪਸ ਭੱਜ ਲੈਂਦੇ ਨੇ ਤੇ ਇਹਨਾਂ ਦੀ ਲੁੱਟ ਨਾਕਾਮ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਬੈਠਾ ਸੀ ਤਾਂ ਦੋ ਨੌਜਵਾਨ ਮਨੀ ਐਕਸਚੇਂਜ ਕਰਨ ਲਈ ਦੁਕਾਨ ਦੇ ਵਿੱਚ ਆਉਂਦੇ ਨੇ ਤੇ ਪੈਸਾ ਐਕਸਚੇਂਜ ਕਰਵਾਉਣ ਦੇ ਬਹਾਨੇ ਉਹ ਅੰਦਰ ਵੜਦੇ ਨੇ ਤੇ ਇੱਕ ਨੌਜਵਾਨ ਆਪਣੀ ਜੇਬ ਦੇ ਵਿੱਚ ਹੱਥ ਪਾ ਕੇ ਬੰਦੂਕ ਕੱਢ ਲੈਂਦਾ ਤੇ ਉਸਦੇ ਵੱਲ ਧੰਨ ਦਿੰਦਾ। ਇਹ ਦੇਖ ਕੇ ਉਹ ਉੱਠਦਾ ਤੇ ਉਹਨਾਂ ਦੇ ਕੁਰਸੀ ਮਾਰਨ ਲੱਗਦਾ ਤਾਂ ਇਹ ਦੋਨੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਇਸ ਸ਼ਖਸ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਮੌਕੇ ਤੋਂ ਫਰਾਰ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ।